ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਪਰਿਵਾਰ ਸਮੇਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਆਪਣੀ ਕਿਤਾਬ ਵਿੱਚ 21 ਸਿੱਖ ਨੌਜਵਾਨਾਂ ਦੇ ਕਤਲ ਦਾ ਜ਼ਿਕਰ ਕੀਤਾ ਹੈ ਉਸ ਦੀ ਜਾਂਚ ਹੋਣੀ ਚਾਹੀਦੀ ਹੈ। ਇੱਕ ਬਹੁਤ ਸੀਰੀਅਸ ਗੱਲ ਹੈ। ਕੈਪਟਨ ਸਾਹਿਬ ਨੇ ਆਪਣੀ ਬੁੱਕ ਵਿੱਚ ਜਿਹੜਾ ਕਿ ਅਸੀਂ 21 ਬੰਦੇ ਪੇਸ਼ ਕੀਤੇ ਹੈ ਅਤੇ ਉਹਨਾਂ ਨੂੰ ਮਾਰ ਦਿੱਤਾ ਗਿਆ। ਮੈਂ ਤਾਂ ਡਿਮਾਂਡ ਕਰਦਾ ਹੈ ਕਿ ਇਮੀਡੀਏਟਲੀ ਕੈਪਟਨ ਸਾਹਿਬ ਕੇਸ ਰਜਿਸਟਰ ਕਰਾਉਣ ਅਤੇ ਇਨਵੈਸਟੀਗੇਸ਼ਨ ਕਰਾਉਣ। ਕਿਹਨੇ ਮਾਰਿਆ, ਕਦੋਂ ਮਾਰਿਆ, ਕਿਉਂਕਿ ਇਹ ਤਾਂ ਬਹੁਤ ਵੱਡੀ ਐਲੀਗੇਸ਼ਨ ਹੈ। ਐਲੀਗੇਸ਼ਨ ਨਹੀਂ ਕਿ ਮੁੱਖ ਮੰਤਰੀ ਆਪ ਇਨ ਰਿਟਨ ਕਹਿ ਰਿਹਾ, ਸੋ ਉਹਦੀ ਇਨਵੈਸਟੀਗੇਸ਼ਨ ਪੰਜਾਬ ਦੀ ਜਨਤਾ ਸਿੱਖ ਕੌਮ ਜਾਣਨਾ ਚਾਹੁੰਦੀ ਹੈ ਕਿ ਉਹ ਮੁੰਡਿਆਂ ਦਾ ਹੋਇਆ ਕੀ। ਤੋ ਇਸ ਕਰਕੇ ਸੀਰੀਅਸ ਹੈ, ਇਹਨਾਂ ਨੂੰ ਕਰਨਾ ਇਮੀਡੀਏਟਲੀ ਚ ਪਊਗਾ। ਮੈਂ ਇਹਦੇ ਕੋਈ ਅਕਾਲ ਤਖ਼ਤ ਸਾਹਿਬ ਦਾ ਇਸ਼ੂ ਨਹੀਂ ਹੈ ਹਲੇ ਤੱਕ, ਕਿਉਂਕਿ ਉਹ ਮੁੱਖ ਮੰਤਰੀ ਆ। ਮੁੱਖ ਮੰਤਰੀ ਨੇ ਆਪ ਕਿਹਾ ਕਿ ਉਹਨਾਂ ਨੇ ਪੇਸ਼ ਕੀਤੇ ਅਤੇ ਉਹਨਾਂ ਨੇ ਉਹਨਾਂ ਦੇ ਬਾਅਦ ਉਹਨਾਂ ਨੂੰ ਮਾਰਿਆ ਗਿਆ। ਐਜ਼ ਅ ਮੁੱਖ ਮੰਤਰੀ ਰਿਟਨ ਦੇ ਰਹੇ ਹੈ, ਸੋ ਦਿਸ ਸ਼ੁੱਡ ਬੀ ਕਨਵਰਟਿਡ ਇਨ ਟੂ ਐਨ ਐਫ ਆਈ ਆਰ। ਦੂਜੀ ਵਾਰ ਮੁੱਖ ਮੰਤਰੀ ਬਣੇ ਹੁਣ ਲਿਖ ਕੇ ਕੀ ਸਾਫ਼ ਕਰਨਾ? ਮੈਂ ਉਹੀ ਕਹਿਣਾ ਨਾ, ਕਿਉਂਕਿ ਉਹਨਾਂ ਨੂੰ ਜ਼ਿਆਦਾ ਨੌਲੇਜ ਹੈ, ਉਹਨਾਂ ਨੂੰ ਨੌਲੇਜ ਹੈ, ਹੁਣ ਉਹਨਾਂ ਕੋਲ ਪਾਵਰ ਹੈ, ਉਹ ਹੁਣ ਚੀਫ ਮਿਨਿਸਟਰ ਹੈ। ਤੋ ਇਟਸ ਅ ਸੀਰੀਅਸ ਐਕੁਜ਼ੀਸ਼ਨ, ਕਿਸੇ ਦੀ ਜਾਨ ਲੈਣੀ ਬੜੀ ਸੀਰੀਅਸ ਗੱਲ ਹੈ, ਉਹ ਵੀ 21 ਨੌਜਵਾਨਾਂ ਦੀ। ਉਹਨਾਂ ਨੇ ਕੇਜਰੀਵਾਲ ਬਾਰੇ ਬੋਲਦੇ ਹੋਏ ਕਿਹਾ ਕਿ ਉਹ ਲੋਕਾਂ ਵਿੱਚ ਆਪਣਾ ਵਿਸ਼ਵਾਸ ਗਵਾ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ। ਕਾਂਗਰਸ ਸਰਕਾਰ ਮੌਜ ਮਸਤੀ ਕਰ ਰਹੀ ਹੈ ਅਤੇ ਗੁਰੂ ਘਰਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਰਹੀ ਹੈ। ਕੇਜਰੀਵਾਲ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਉਹਦੀ ਆਪਣੇ ਸ਼ਹਿਰ 'ਚ ਉਹਦੀ ਜ਼ਮਾਨ ਜ਼ਬਤ ਕੀਤੀ ਹੈ ਅਕਾਲੀ ਦਲ ਨੇ। ਇਲੈਕਸ਼ਨ ਦੇ ਬਾਅਦ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਦੀ ਜ਼ਮਾਨ ਜ਼ਬਤ ਕੀਤੀ ਹੈ। ਅਤੇ ਜਿਹੜੀ ਵੱਡੀ ਗੱਲ ਹੈ, ਜਿਹੜੀ ਆ ਸਰਕਾਰ ਚੱਲ ਰਹੀ ਹੈ, ਦੋ ਮਹੀਨੇ ਹੋਏ ਆ ਸਰਕਾਰ ਬਣੀ ਨੂੰ, 2 ਮਹੀਨੇ ਜੀ ਸਕੈਮ ਸਕੈਂਡਲ ਸ਼ੁਰੂ ਹੋ ਗਏ, ਜਿਹੜਾ ਝੂਠੇ ਪ੍ਰਚਾਰ ਕਰਕੇ ਇਹਨਾਂ ਨੇ ਸਾਡੇ 'ਤੇ ਝੂਠੇ ਇਲਜ਼ਾਮ ਲਾਏ ਸੀ ਅਤੇ ਵਾਅਦੇ ਕੀਤੇ ਸੀ। ਇੱਕ ਵਾਅਦਾ ਕੀਤਾ ਸੀ, ਇੱਕ ਮਹੀਨੇ 'ਚ ਅਸੀਂ ਡਰੱਗਸ ਖਤਮ ਕਰ ਦਾਂਗੇ, 2 ਕਿਲੋ ਡਰੱਗਸ ਫੜੀਆਂ। ਮੈਂ ਪੁੱਛਣਾ ਚਾਹੁੰਦਾ ਕਾਂਗਰਸ ਨੂੰ, ਜਿਹੜੇ 70% ਤੁਸੀਂ ਕਹੇ ਸੀ ਪੰਜਾਬ ਦੇ ਨੌਜਵਾਨ ਨਸ਼ੇੜੀ ਆ, ਉਹ ਗਏ ਕਿੱਧਰ ਹੈ? ਮਹੀਨਾ 2 ਮਹੀਨੇ ਟੱਪ ਗਏ, ਕਹਿੰਦੇ ਹੁਣ ਅਸੀਂ ਖਤਮ ਕਰਤੀ। 70% ਕਿਹੜੇ ਡਰੱਗ ਅਡਿਕਸ਼ਨ ਸੈਂਟਰ 'ਚ ਹੈ ਜਾਂ ਕਿੱਥੇ ਉਹਨਾਂ ਨੂੰ ਕੀ ਹੋਇਆ, ਕੀ ਰੀਹੈਬਲੇਟ ਕੀਤਾ? ਹੁਣ ਜਿਹੜੇ ਡਿਵੈਲਪਮੈਂਟ ਦੇ ਕੰਮ ਸ਼ੁਰੂ ਕੀਤੇ ਸੀ ਸਾਰੇ ਰੁਕ ਗਏ। ਹੁਣ ਤੁਸੀਂ ਅੰਮ੍ਰਿਤਸਰ ਸ਼ਹਿਰ ਦੇਖ ਲਓ, ਜਿਹੜੇ ਜਿੱਥੇ ਇੱਟ ਲਾ ਕੇ ਗਏ ਸੀ ਉਹਦੇ 1 ਇੱਟ ਨਹੀਂ ਲੱਗੀ। BRTS ਸਿਸਟਮ ਹਲੇ ਤੱਕ ਸ਼ੁਰੂ ਨਹੀਂ ਕੀਤਾ, ਇਹਨੇ ਬੰਦ ਕਰਦਾ ਜੇ ਚੱਲਦਾ ਸੀ ਉਹ ਵੀ ਬੰਦ ਕਰ ਦਿੱਤਾ। ਸਫਾਈ ਦਾ ਕੰਮ ਖਰਾਬ ਹੋ ਗਿਆ ਇੱਥੇ, ਜਿੱਥੇ ਪੁੱਲ ਖੜਾ ਕਰਕੇ ਗਏ ਸੀ ਉੱਥੇ ਕਰਕੇ ਗਏ, ਝੂਠ ਬੋਲਣ 'ਤੇ ਲੱਗਿਆ, ਹੁਣ ਖਜ਼ਾਨਾ ਖਾਲੀ ਹੈ। ਖਜ਼ਾਨਾ ਤਾਂ ਪਿਛਲੇ 10 ਸਾਲ ਤੱਕ ਹੀ ਜਾਂਦੇ। ਇਸ ਕਰਕੇ ਆਹ ਸਰਕਾਰ ਨਹੀਂ ਹੈ, ਆਹ ਸਰਕਾਰ ਮੌਜ ਮਸਤੀ ਕਰਨ ਵਾਸਤੇ ਬਣੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਮੀਨ 'ਤੇ ਕਾਂਗਰਸ ਦੇ ਲੀਡਰ ਅਤੇ ਵਰਕਰ ਕਬਜ਼ਾ ਕਰਨ ਲੱਗ ਗਏ। ਹੁਣੀ ਆਪਣੇ ਬਠਿੰਡੇ ਜ਼ਿਲ੍ਹੇ 'ਚ ਉਹਨਾਂ ਨੇ 161 ਕਿੱਲਿਆਂ ਦੇ ਵਿੱਚ ਉੱਥੇ ਭਾਈ ਰੂਪੇ ਕਬਜ਼ਾ ਕਰ ਲਿਆ ਅਤੇ ਦੂਜੀਆਂ ਜਗ੍ਹਾ 'ਤੇ ਵੀ ਉਹਨਾਂ ਨੇ ਕਬਜ਼ੇ ਕੀਤੇ। ਅਤੇ SGPC ਦੇ ਕੱਲ੍ਹ ਐਗਜੈਕਟਿਵ ਮੈਂ ਜਦੋਂ ਆਇਆ ਸੀ ਮੱਥਾ ਟੇਕ, ਮੈਨੂੰ ਉਹਨਾਂ ਨੇ ਇਨਫੋਰਮ ਕੀਤਾ ਕਿ 4-5 ਜਗ੍ਹਾ 'ਤੇ ਕਾਂਗਰਸ ਲੀਡਰ ਅਤੇ ਵਰਕਰਾਂ ਨੇ ਗੁਰੂ ਘਰ ਦੀ ਜ਼ਮੀਨ 'ਤੇ ਕਬਜ਼ਾ ਕੀਤਾ। ਜੇ ਗੁਰੂ ਘਰ ਹੀ ਨਹੀਂ ਛੱਡਦੇ ਆ ਉਹ, ਇਹ ਤੋਂ ਮਾੜੀ ਗੱਲ ਕੀ ਕਰ ਸਕਦੇ ਆ?